ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵੀਰ ਸ਼ਮਸ਼ੇਰ ਸਿੰਘ ਦੇ ਕੋਲ ਆਏ ਹਾਂ ਦੋਸਤੋ, ਅਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ। ਤਕਰੀਬਨ ਪਸ਼ੂ ਆ ਜਿਹੜੇ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰ ਆਉਂਦੇ ਆ, ਅਤੇ ਪਹਿਲਾਂ ਵੀ ਕਾਫੀ ਵੀਡੀਓ ਜਿਹੜੀਆਂ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ, ਬਹੁਤ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਦਿਖਾਇਆ ਇਸ ਘਰ ਤੋਂ ਵੀ ਆਪਾਂ। ਤਕਰੀਬਨ ਕੋਈ ਦੋ ਦੋ ਤਿੰਨ ਤਿੰਨ ਨਾਗ ਜਿਹੜੇ ਆ, ਠੀਕ ਹੈ ਜੀ, ਹਰ ਇੱਕ ਅਪਡੇਟ ਦੇ ਵਿੱਚ ਹੁੰਦੇ ਆ, ਠੀਕ ਆ। ਸੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਵੈੜ ਦਿਖਾ ਦਾਂਗੇ ਦੋਸਤੋ। ਪਸ਼ੂ ਆਲਮੋਸਟ ਜਿੰਨੇ ਦਿਖਾਉਣੇ ਆ ਤੁਹਾਨੂੰ ਸਾਰੇ ਸੋਏ ਸੁਭਾਏ ਆ। ਵੈੜ ਵੀ ਜਿਹੜੀ ਆ ਦੋਸਤੋ ਬਿਲਕੁਲ ਤਾਜ਼ੀ ਆ, ਦੋ ਮੱਝਾਂ ਜਿਹੜੀਆਂ ਨੇ ਬਿਲਕੁਲ ਤਾਜ਼ੀਆਂ ਸੂਈਆਂ ਨੇ। ਅੱਜ ਤਰੀਕ ਦੋਸਤੋ 20 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਸਮਾਂ ਤੁਸੀਂ ਨੋਟ ਕਰ ਲਓ, ਕੋਈ ਦੁਪਹਿਰ ਦੇ 2 ਵਜੇ ਦਾ ਸਮਾਂ ਹੈਗਾ, ਠੀਕ ਹੈ ਜੀ। ਸੋ ਬਿਲਕੁਲ ਅਮਰਕੋਟ ਥੋੜ੍ਹੀ ਦੂਰੀ 'ਤੇ ਆ, ਡਿੱਬੀਪੁਰਾ ਥੋੜ੍ਹੀ ਦੂਰੀ 'ਤੇ ਆ, ਅਲਗੋਂ ਕੋਠੀ ਥੋੜ੍ਹੀ ਦੂਰੀ ਆ, ਠੀਕ ਹੈ ਜੀ। ਬੱਲਿਆਂ ਪਿੰਡ ਬਿਲਕੁਲ ਲਾਗੇ ਆ, ਬੈੜਵਾਲ ਪਿੰਡ ਥੋੜ੍ਹੀ ਦੂਰੀ 'ਤੇ ਆ, ਠੀਕ ਆ। ਸੋ ਖਾਸ ਵਿਜ਼ਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ, ਨਵਾਂ ਪਿੰਡ ਫਤਿਹਪੁਰ, ਇਹ ਥੋੜ੍ਹੀ ਥੋੜ੍ਹੀ ਦੂਰੀ 'ਤੇ ਪਿੰਡ ਆ। ਆਓ ਕਰਦੇ ਹਾਂ ਗੱਲਬਾਤ ਵੀਰ ਸ਼ਮਸ਼ੇਰ ਦੇ ਨਾਲ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ ਵੀਰ ਜੀ? ਠੀਕ ਠਾਕ, ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ, ਠੀਕ ਠਾਕ। ਪਰਿਵਾਰ ਸਭ ਠੀਕ ਠਾਕ? ਬਹੁਤ ਵਧੀਆ, ਚੰਗੇ ਆ ਜੀ। ਅੱਛਾ ਸ਼ਮਸ਼ੇਰ ਵੀਰ, ਚੱਲਦਾ ਰਹਿੰਦਾ ਕੰਮ ਕਰ ਵਧੀਆ? ਪਸ਼ੂ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ? ਹਾਂਜੀ, ਡੰਗਰ ਆਈ ਜਾਂਦੇ ਆ, ਜਾਈ ਜਾਂਦੇ ਆ। ਵੀਡੀਓ ਚਲੋ ਕੋਈ ਤੀਜੇ ਚੌਥੀ ਵਾਰ ਤੇ ਪੈਂਦੀ ਆ, ਬਿਲਕੁਲ। ਬਾਕੀ ਉਸ ਤਰ੍ਹਾਂ ਡੰਗਰ ਵਿਕੀ ਜਾਂਦੇ ਆ, ਵਿਕੀ ਜਾਂਦੇ ਆ, ਹਾਂਜੀ। ਸੋ ਆਪਾਂ ਅਪਡੇਟ ਦੇਣੀ ਹੁੰਦੀ ਆ ਕਈ ਵਾਰਾਂ, ਤੇ ਬਾਅਦ ਵਿੱਚ ਕਿਹੜਾ ਪਸ਼ੂ ਲੋਕਲ ਭੈਣ ਭਰਾ ਆਉਂਦੇ ਆ ਤੇ ਲੈ ਜਾਂਦੇ ਆ? ਹਾਂਜੀ ਹਾਂਜੀ, ਨਹੀਂ 24 ਘੰਟੇ 1-2 ਡੰਗਰ ਆਪਣੇ ਕੋਲ ਵੱਜੇ ਰਹਿੰਦੇ ਆ, ਬਿਲਕੁਲ। ਸੋ ਬਿਲਕੁਲ ਦੋਸਤੋ, ਮੈਂ ਹਰ ਵਾਰ ਕਹਿੰਦਾ ਹੁੰਦਾ ਵੀ ਜਿਸ ਘਰ ਤੋਂ ਵੀਡੀਓ ਬਣਾਈ ਦੀ ਆ, ਤੁਸੀਂ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ, ਨਵੇਂ ਪਸ਼ੂਆਂ ਬਾਰੇ ਵੀ ਜ਼ਰੂਰ ਪੁੱਛ ਸਕਦੇ ਜੇ, ਠੀਕ ਆ ਜੀ। ਸੋ ਡੇਲੀ ਰੂਟੀਨ ਵਿੱਚ ਪਸ਼ੂ ਆਉਂਦੇ ਆ, ਠੀਕ ਆ। ਅੱਛਾ ਵੀਰ ਸ਼ਮਸ਼ੇਰ, ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਸਵੈਟ ਤੋਂ। ਹਾਂਜੀ, ਤੇ ਕੀ ਡਿਟੇਲ ਆ ਸਵੈਟ ਦੀ? ਸੂਆ ਕਿੰਨਵਾਂ ਸੂਈ ਹੈ ਤੇ ਦਿਨ ਕਿੰਨੇ ਕੁ ਹੋ ਗਏ ਆ? ਇਹ ਵੀਰ ਜੀ, ਵੈਟ ਤਾਂ ਉਹਨਾਂ ਸਾਨੂੰ ਘਰ ਵਾਲਿਆਂ ਦੂਜੇ ਸੂਏ ਆਖੀ ਹੈ। ਹਾਂਜੀ, ਕੋਈ ਦੂਜਾ ਮੰਨ ਲੇ, ਕੋਈ ਤੀਜਾ ਮੰਨ ਲੇ, ਠੀਕ ਆ। ਤੇ ਕੱਲ ਰਾਤ ਦੀ ਸੂਈ ਹੈ, ਕੱਲ ਰਾਤ ਦੀ? ਹਾਂਜੀ, ਠੀਕ ਆ ਜੀ। ਬੱਚਾ ਕਿੱਥੇ ਆ ਗਿਆ? ਮਗਰ ਬੱਚੀ ਹੈ ਇਹਦੇ, ਮਗਰ ਬੱਚੀ ਹੈ। ਹਾਂਜੀ, ਸੋ ਮਗਰ ਬੱਚੀ ਹੈ ਦੋਸਤੋ, ਕੱਲ ਰਾਤ ਹੀ ਸੂਈ ਆ, 19 ਅਕਤੂਬਰ ਨੂੰ ਤੁਸੀਂ ਮੰਨ ਕੇ ਵੀ ਰਾਤ ਹੀ ਸੂਈ ਆ, ਠੀਕ ਆ ਜੀ। ਅੱਜ 20 ਨੂੰ ਆਪਾਂ ਕਵਰੇਜ ਕਰਦੇ ਆ। ਹੈਗੀ ਬਿਲਕੁਲ ਠੰਡੀ, ਜਿਸ ਤਰ੍ਹਾਂ ਮਰਜ਼ੀ ਥੱਲੇ ਹੱਥ ਫੇਰੀ ਜਾਓ, ਜੋ ਮਰਜ਼ੀ ਕਰੀ ਜਾਓ, ਠੀਕ ਆ ਜੀ। ਤੇ ਬੋਲਾ ਇਸ ਟਾਈਮ 11 ਲੀਟਰ ਦੇ ਥੱਲੇ ਹੋਊਗਾ, ਠੀਕ ਆ। ਤੁਸੀਂ ਜਿੰਨੇ ਵੀ ਆਨਲਾਈਨ ਵੀ ਲੈਣੀ ਹੋਵੇ ਕਿਸੇ ਨੇ ਵੀਰ ਨੇ, ਉਹ 10 ਮੰਨ ਕੇ ਲਵੇ, 10 ਮੰਨ ਕੇ। ਹਾਂਜੀ, ਬੋਲਾ 11 ਲੀਟਰ ਹੀ, ਬਾਕੀ ਥਣ ਥੁਣ ਬੜਾ ਸਵਾਦੀ। ਹਾਂਜੀ, ਚੋਣ ਬਿਲਕੁਲ ਐ ਪੋਲੀ ਭੂ ਵਰਗੀ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ, ਉਹ ਆਪਣੀ ਗਰੰਟੀ ਹੋ, ਠੀਕ ਆ ਜੀ। ਹਾਂਜੀ, ਲਓ ਜੀ, ਬਾਕੀ ਦੋਸਤੋ ਕੱਲ ਦੀ ਸੂਈ ਆ, ਸੂਆ ਦੂਜਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ, ਨੋਕ ਵਾਲਾ ਬਿਲਕੁਲ ਕਲਮੀ ਥਾਣਾ, ਠੀਕ ਆ ਜੀ। ਸੋ ਚੌਂ ਥਾਣਾਂ ਦੀ ਸਪੇਸ ਕਾਫੀ ਸੋਹਣੀ ਆ, ਚੱਪਾ ਚੱਪਾ ਜਿਹੜਾ ਦੋਸਤੋ ਸਪੇਸ ਆ, ਠੀਕ ਆ ਜੀ। ਸੱਜੀ ਖੱਬੀ ਤੇ ਬੈਕ ਸਾਈਡ ਤੋਂ ਹਰ ਇੱਕ ਐਂਗਲ ਤੋਂ ਆਪਾਂ ਜਿਹੜੀ ਤੁਹਾਨੂੰ ਹਰ ਇੱਕ ਪਾਸੇ ਤੋਂ ਚੈੱਕ ਕਰਾ ਦਿੰਦੇ ਹਾਂ, ਦੇਖੋ, ਠੀਕ ਆ। ਲਓ ਜੀ, ਹਾਈਟ ਕੱਦ ਵੀ ਜਿਹੜਾ ਦੋਸਤੋ ਵੱਡੀ ਆ, ਪੂਰੀ ਵੱਡੀਆਂ ਵਹਿੜਾਂ ਦੇ ਵਿੱਚ ਆ ਜਾਂਦੀ ਆ ਤਕਰੀਬਨ ਕੱਦ। ਬਹੁਤੇ ਵੀਰ ਜ਼ਿਕਰ ਕਰਦੇ ਆ ਵੀ ਇੱਕ ਜੱਜਮੈਂਟ ਹੋ ਜਾਂਦੀ, ਇੱਕ ਆਈਡੀਆ ਹੋ ਜਾਂਦਾ, ਹਾਈਟ ਪੂਰੀ ਉੱਚੀ ਆ, ਠੀਕ ਆ ਜੀ, ਵੱਡੇ ਕੱਦ ਦੀ ਆ। ਲੈ ਭਾ ਖੋਲ ਕੇ ਦਿਖਾ ਦਿਓ ਜੀ, ਠੀਕ ਆ। ਰੰਗ ਜਿਹੜਾ ਬਿਲਕੁਲ ਸਫੇਦ ਰੰਗ ਦੇ ਵਿੱਚ ਆ, ਮੈਨੂੰ ਲੱਗਦਾ ਵੀ ਸਾਰੀ ਪਿਓਰ ਨਿਕਲ ਵਾਈਟ ਹੀ ਆ ਗਈ, ਹਨਾ? ਹਾਂਜੀ, ਵਾਈਟ ਆ ਸਾਰੀ, ਕੰਨਾਂ ਦੇ ਉੱਪਰ ਥੋੜਾ ਜਿਹਾ ਸਪੋਟ ਹੈਗੇ ਆ, ਬਾਕੀ ਓਵਰਆਲ ਜਿੰਨੀ ਵੀ ਆ ਸਾਰੀ ਵਾਈਟ ਆ। ਲਓ ਜੀ, ਆ ਲੰਮੀ ਤੋਰ ਦਿਓ ਜੀ, ਲੰਮੀ ਲੰਮੀ ਤੋਰ ਦਿਓ। ਸੋ ਦੋਸਤੋ, ਜਿੱਦਾਂ ਕਿ ਹਜੇ ਕੱਲ੍ਹ ਹੀ ਸੂਈ ਆ, ਠੀਕ ਆ ਜੀ, ਕੱਲ੍ਹ ਹੀ ਸੂਈ ਆ, ਅਤੇ ਮਗਰ ਜਿਹੜਾ ਬੱਚਾ ਫੀਮੇਲ ਕਾਫ ਆ, ਵੱਛੀ ਆ। ਬੱਚੇ ਦੇ ਕੋਲ ਲੈ ਜਾਓ ਜੇ, ਲਾਡੀ ਭਾਅ ਬੱਚੇ ਦੇ ਕੋਲ ਲੈ ਜਾਓ ਤੇ, ਆਹ ਦੇਖੋ
ਆ ਲਓ ਜੀ, ਠੀਕ ਆ। ਇੱਕ ਬੰਦੇ ਬਿਲਕੁਲ ਬੱਚੇ ਦੇ ਨਾਲ, ਜਿਹੜਾ ਦੋਸਤੋ ਨਾੜੂ ਬਿਲਕੁਲ ਬੱਚੇ ਦੇ ਨਾਲ, ਆ ਦੇਖੋ ਠੀਕ ਆ। ਬਾਕੀ ਹੁਣ ਮੌਕੇ ਤੇ ਜਿਹੜਾ ਇੱਕ ਸਟਾਰਟਿੰਗ ਤੋਂ ਬੌਲੇ ਦੀ ਗੱਲ ਕਰ ਲਈਏ, 10 ਕਿਲੋ ਜਿਹੜਾ ਬਿਲਕੁਲ ਬੌਲੇ ਦੇ ਉੱਤੇ ਸਟਾਰਟ ਆ, ਠੀਕ ਆ ਜੀ। ਕੋਈ ਵੀਰ ਆਪਦੀ ਚੁਬਾਈ ਕਰ ਸਕਦਾ, ਤਸੱਲੀ ਨਾਲ 2 ਟਾਈਮ ਕਰ ਲਓ, 3 ਟਾਈਮ ਕਰ ਲਓ। ਆਹ ਦੇਖੋ ਜੀ, ਠੀਕ। ਬਾਕੀ ਥਣ ਥੁਣ ਬਹੁਤ ਜ਼ਿਆਦਾ ਸੋਹਣਾ ਹੈ, ਬਿਲਕੁਲ ਮੁੱਠੀ ਥਣ ਆ, ਹੱਥੀ ਚਵਾਈ ਵਾਲਾ ਥਣ ਲੱਗਾ, ਠੀਕ ਆ। ਅਤੇ ਚਵਾ ਪਸਮਾ ਵੀ ਆਪਾਂ ਵੀਰ ਨੂੰ ਜ਼ਰੂਰ ਪੁੱਛਾਂਗੇ। ਸੋ ਇੱਕ ਰੰਗ ਬਿਲਕੁਲ ਵਾਈਟ ਕਲਰ ਦੇ ਵਿੱਚ ਦੋਸਤੋ, ਵਾਈਟ ਰੰਗ ਦੇ ਵਿੱਚ ਜਿਹੜੀ ਇਹ ਵੈੜ ਵਿਕਾਊ ਆ। ਸ਼ਮਸ਼ੇਰ ਵੀਰੇ, ਬਾਕੀ ਚਵਾ ਪਸਮਾ ਦੱਸ ਦਿਓ ਜ਼ਰੂਰ। ਚੋਣ ਵੀਰ ਜੀ ਬਹੁਤ ਹੀ ਚੰਗੀ ਆ, ਭਾਵੇਂ ਕੋਈ ਆਣ ਕੇ ਹੱਥ ਬਣਾ ਲਾਵੇ, ਠੀਕ ਆ ਜੀ। ਏਡੀ ਚੋਣ ਚੰਗੀ ਆ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਗਾ। ਲਓ ਜੀ, ਪੋਲੀ ਰੂੰ ਵਰਗੀ। ਕਿਸੇ ਵੀਰ ਨੇ ਦੋਸਤੋ ਔਨਲਾਈਨ ਸੌਦਾ ਵੀ ਕਰਨਾ ਤਾਂ ਤੁਸੀਂ ਕਰ ਸਕਦੇ ਜੇ, ਬੇਫਿਕਰ ਹੋ ਕੇ, ਠੀਕ ਆ ਜੀ। ਸੋ ਚੰਗੀ ਚਵਾਈ ਆ, ਪਸਮਾ ਚੰਗਾ, ਮਗਰ ਬੱਛੀ ਆ, ਫੀਮੇਲ ਕਾਫ, ਠੀਕ ਆ ਜੀ। ਅਤੇ ਕਰੋਸ ਬਰੀਡ ਦੇ ਵਿੱਚ ਆ ਦੋਸਤੋ, ਹਾਈਟ ਕੱਦ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਫੁੱਲ ਵੱਡੀ ਹਾਈਟ ਦੀ ਹੈ। ਅਤੇ ਸ਼ਮਸ਼ੇਰ ਭਾਈ ਕੀ ਮੁੱਲ ਰਹੂਗਾ ਲੈਣ ਦੇਣ ਦਾ? ਮੁੱਲ ਵੀਰ ਜੀ ਇਹਦਾ 40,000। ਹਾਂਜੀ, ਦੇਣ ਲੈਣ ਜਿਹੜਾ ਆਪਾਂ 38,000 ਦੀ ਦੇਣੀ। 38,000? ਹਾਂਜੀ, ਇਹਦੋਂ ਘੱਟ ਮੇਰਾ ਵੀਰ ਜੇ ਕੋਈ ਲਾਵੇ ਤੇ ਭਾਵੇਂ ਬਿਲਕੁਲ ਫੋਨ ਨਾ ਕਰੇ, 38 ਤੋਂ ਘੱਟ ਨਹੀਂ ਆਪਾਂ ਦੇ। 38 ਤੋਂ ਘੱਟ? ਹਾਂਜੀ। ਬਾਕੀ ਵੈੜ ਬਹੁਤ ਸੋਹਣੀ ਹੈ। ਹਾਂਜੀ, ਦੁੱਧ ਜ਼ਿਆਦਾ ਤਾਂ ਨਹੀਂ ਮਿਲਦਾ, ਤੇ 16-17 ਕਿਲੋ ਦੁੱਧ ਬੜੇ ਆਰਾਮ ਨਾਲ ਕਰੂਗੀ। ਠੀਕ ਹੈ ਜੀ। ਇਹ ਨਹੀਂ ਮਿਲਦਾ ਵੀ ਇਹ 25 ਕਿਲੋ ਦੇ ਦੂਗੀ ਜਾਂ 30 ਕਿਲੋ ਦੇ ਦੂ, 16-17 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਜੂ। ਠੀਕ ਹੈ ਜੀ। ਲਓ ਵੀ ਦੋਸਤੋ, ਬਿਲਕੁਲ ਜਾਇਜ਼ ਅਤੇ ਜੈਨੂਅਨ ਰੇਟ ਆ, ਅਤੇ ਦੁੱਧ ਵਾਲੇ ਪਾਸਿਓਂ ਵੀ ਬਾਈ ਸ਼ਮਸ਼ੇਰ ਨੇ ਬਿਲਕੁਲ ਜਾਇਜ਼ ਹੀ ਗੱਲ ਕੀਤੀ ਆ ਵੀ, ਨਹੀਂ ਤਾਂ ਦੋਸਤੋ ਵੇਂਹਦਿਆਂ ਸਾਰ ਕਈ ਵੀਰ ਨਜਾਇਜ਼ ਗੱਲ ਕਰ ਜਾਂਦੇ ਵੀ 25+ ਕਰ ਦੂਗੀ, 20+ ਵੀ ਹੋ ਸਕਦਾ ਵੀਰਾਂ ਦਾ ਵੀ ਚੰਗੀ ਸੇਵਾ 15-16 ਲੀਟਰ ਤੱਕ ਨੋਰਮਲ ਚਵਾ ਦੂਗੀ। ਬਾਕੀ ਆਪਾਂ ਆਸ ਵੀ ਕਰ ਸਕਦੇ ਹਾਂ ਇਹੋ ਜਿਹੀ ਚੰਗੀ ਸੇਵਾ, ਭਾਵੇਂ 20 ਵੀ ਕਰ ਜੇ। ਬਿਲਕੁਲ ਜੀ, ਬਾਕੀ 16-17 ਲੀਟਰ ਤਾਂ ਵਧੀਆ ਆਮ ਦਿੱਤੀ ਜਾਊ ਡਿਟੇਲ ਜੀ। ਬਿਲਕੁਲ ਬਿਲਕੁਲ ਜ਼ਰੂਰ। ਇਸ ਤੋਂ ਬਾਅਦ ਬਾਈ ਸ਼ਮਸ਼ੇਰ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ। ਹਾਂਜੀ, ਆ ਕੀ ਡਿਟੇਲ ਆ ਸੀ? ਝੋਟੀ ਹੈ ਇਹ ਵੀ? ਝੋਟੀ ਵੀਰ ਜੀ ਕੱਲ੍ਹ ਰਾਤ ਦੀ ਸੂਈ ਹੈ। ਕੱਲ੍ਹ ਰਾਤ ਦੀ ਹੈ? ਹਾਂਜੀ, ਦੂਜਾ ਸੂਆ ਹੈ। ਹਾਂਜੀ, ਤੇ ਕੱਲ ਰਾਤ ਦੀ ਸੂਈ ਹੈ। ਇਸ ਟਾਈਮ ਇਹਦੇ ਥੱਲੇ 7 ਕਿਲੋ ਤੋਂ ਬਵਲਾ ਬਾਹਰ ਹੀ ਹੋਊਗਾ। ਇਹ 7 ਕਿਲੋ ਤੋਂ? ਹਾਂਜੀ, ਠੀਕ ਹੈ ਜੀ। ਤੁਸੀਂ 7 ਮੰਨ ਕੇ ਚੱਲੋ, ਜੇ ਕਿਸੇ ਔਨਲਾਈਨ ਵੀ ਲੈਣੀ ਹੋਵੇ ਤੇ 7 ਕਿਲੋ ਦੁੱਧ ਪੋਲ ਪੱਕਾ ਹੋਊਗਾ ਥੱਲੇ। 7 ਕਿਲੋ? ਹਾਂਜੀ। ਬਾਕੀ ਥਣ ਭਾਂਡਾ ਬੜਾ ਸੋਹਣਾ ਜੀ। ਬਾਕੀ ਚਵਾਈ ਇਹਦੀ ਵੀ ਭਾਵੇਂ ਕੋਈ ਆਣ ਕੇ ਹੱਥ ਬਣਾ ਲਾਵੇ, ਠੀਕ ਨਾ, ਕੋਈ ਭੂਰ ਨਹੀਂ ਗਾ, ਕੋਈ ਛੱਟਾ ਨਹੀਂ ਗਾ, ਪੋਲੀ। ਹਾਂ, ਬਿਲਕੁਲ ਰੂੰ ਵਰਗੀ। ਬੱਚਾ ਇਹਦੇ ਮਗਰ ਕੀ ਆ? ਇਹਦਾ ਮਗਰ ਵੀ ਕੱਟੀ ਹੈ। ਮਗਰ ਕੱਟੀ ਆ? ਹਾਂਜੀ, ਤਿੰਨਾਂ ਮਗਰ ਕੱਟੀਆਂ ਆਈਆਂ, ਉਹਦੇ ਮਗਰ ਵੱਛੀ ਆ, ਦੋ ਮਗਰ ਕੱਟੀਆਂ। ਤਿੰਨਾਂ ਪਸ਼ੂਆਂ ਮਗਰ ਬੱਚੇ ਜਿਹੜੇ ਆ ਫੀਮੇਲ ਕਾਫ ਆ, ਕੋਈ ਵੀਰ ਭੁਲੇਖਾ ਨਾ ਖਾ ਜਿਓ ਵੀ ਵੱਛਾ ਜਾਂ ਕੱਟੀ ਆ ਕੱਟਾ, ਠੀਕ ਆ ਜੀ। ਤਿੰਨਾਂ ਮ ਦੋ ਮਗਰ ਤਾਂ ਕੱਟੀਆਂ ਨੇ ਮੱਝਾਂ ਦਿਖਾਉਣੀਆਂ, ਅਤੇ ਇੱਕ ਜਿਹੜੀ ਵੈੜ ਦਿਖਾਤੀ ਉਹਦੇ ਮਗਰ ਫੀਮੇਲ ਕਾਫ ਆ, ਠੀਕ ਆ। ਸੈਕਿੰਡ ਨੰਬਰ ਆ ਬਿਲਕੁਲ ਜਿਹੜੀ ਆ ਦੋਸਤੋ, ਪੱਖ ਜਿਹੜਾ ਤਾਂ ਨੀਲੀ ਦਾ ਆ ਗਿਆ ਨਾ? ਹਾਂਜੀ, ਇਹ ਨੀਲੀ 'ਚ ਪੈ ਜਾਂਦੀ, ਨੀਲੀ 'ਚ ਪੈ ਜਾਂਦੀ ਆ। ਬਾਕੀ ਜਿਹੜੇ ਪੈਰ ਮਾਰਕਿੰਗ ਜਿਹੜੀ ਆ ਦੋਸਤੋ, ਚੌਂ ਪੈਰਾਂ ਦੇ ਬਿਲਕੁਲ ਜਵਾਬ ਹੈਗਾ, ਠੀਕ ਆ। ਹਵਾਨਾ ਬਿਲਕੁਲ ਇੱਕ ਥਾਂ ਵਾਈਟ, ਅਤੇ ਝਾਲਰ 'ਤੇ ਬਿਲਕੁਲ ਧੁੰਨ 'ਤੇ ਅੱਖ ਬਿੱਲੀ ਮਨਕਣੀ ਅੱਖ, ਮੱਥਾ ਬੱਲਾ ਬੱਗੀ ਨਾਸ, ਠੀਕ ਆ। ਸੋ ਬਾਕੀ ਕੱਦ ਘੱਟ ਸੋਹਣਾ ਹੈਗਾ, ਠੀਕ ਆ ਜੀ। ਜਿੱਦਾਂ ਬਿਲਕੁਲ ਕੱਲ੍ਹ ਹੀ ਸੂਈ ਹਜੇ, ਮਗਰ ਫੀਮੇਲ ਕਾਫ ਆ, ਅਤੇ 6-7-6 ਦੇ ਦਰਮਿਆਨ ਜਿਹੜਾ ਹੁਣ ਬੋਲਾ ਬਿਲਕੁਲ ਸਟਾਰਟਿੰਗ ਆ। ਆਹ ਦੇਖੋ ਲਾਡੀ ਪਾ, ਥੋੜ੍ਹਾ ਜਿਹਾ ਲੰਮਾ ਤੋਰ ਦਿਓ ਜੀ, ਥੋੜ੍ਹਾ ਸਲੋ ਤੋਰ ਦਿਆ ਜੀ, ਹੌਲੀ ਤੋਰ ਦਿਓ ਜੀ, ਸਿੱਧਾ ਤੋਰ ਦਿਓ ਜੀ। ਕੱਟੀ ਮੈਂ ਕੱਟੀ ਵੀ ਬਾਈ ਆ ਗਈ, ਨੀਲੀ 'ਚ ਹੀ ਆ,
ਨੀਲੀ ਪੈ ਇਹਦੇ ਚਾਰੇ ਪੈਰ ਧੋਤੇ, ਚਾਰੇ ਪੈਰ ਧੋਤੇ ਆ ਕੱਟੀ ਦੇ, ਠੀਕ ਚਾਰੇ ਪੈਰ ਧੋਤੇ। ਸੋ ਕੱਟੀ ਵੀ ਬਹੁਤ ਸੋਹਣੀ ਆ ਦੋਸਤੋ, ਠੀਕ ਆ ਜੀ, ਬਰੀਡ ਦੇ ਵਿੱਚ ਮਗਰ ਕੱਟੀ ਆ, ਨੀਲੀ ਦੀ ਮਗਰ ਕੱਟੀ ਆ, ਠੀਕ ਆ। ਸੋ ਆਪ ਵੀ ਝੋਟੀ ਕਾਫੀ ਸੋਹਣੀ ਆ, ਸ਼ੌਕੀਨ ਆ ਪੂਰੀ, ਜਿੰਨੀ ਵੀ ਆ ਦੋਸਤੋ ਪੂਰੀ ਸ਼ੌਕੀਨ ਆ। ਥਣ ਦੋ ਜਿਹੜੇ ਤਿੰਨ ਥਣ ਹੀ ਆਪਾਂ ਮੰਨ ਸਕਦੇ, ਤਿੰਨ ਥਣ ਵਾਈਟ ਆ, ਠੀਕ ਆ। ਸੋ ਕਾਫੀ ਵੀਰ ਪਸੰਦ ਕਰਦੇ ਆ ਬਰੀਡ ਨੀਲੀ ਦੀ, ਜੇਕਰ ਆਪਾਂ ਗੱਲ ਕਰ ਲਈਏ ਥਣ ਇੱਕ ਆ ਜੇ ਵਾਈਟ ਤੇ ਉਹ ਵੀ ਸੋਨੇ ਦੇ ਸੁਭਾਗੇ ਵਾਲੀ ਗੱਲ ਆ, ਪਰ ਜਿਹੜੇ ਤਿੰਨ ਥਣ ਆ ਦੋਸਤੋ ਬਿਲਕੁਲ ਵਾਈਟ, ਠੀਕ ਆ। ਅਤੇ ਮਾਰਕਿੰਗ ਮੂਰਕਿੰਗ ਜਿਹੜੀ ਆ ਬਿਲਕੁਲ ਜਾਇਜ਼ ਮਾਰਕਿੰਗ ਆ, ਚਾਰੇ ਖੁਰ ਤਿੰਨ ਖੁਰ ਧੋਤੇ ਆ ਦੋਸਤੋ ਬਿਲਕੁਲ, ਬਾਕੀ ਚੌਥੇ 'ਤੇ ਵੀ ਥੋੜ੍ਹਾ ਪਤਾ ਤੁਹਾਨੂੰ ਜਵਾਬ ਜਿਹੜਾ ਹੋਇਆ ਤਾਂ ਬਿਲਕੁਲ ਮਿਲ ਜੂਗਾ, ਠੀਕ ਆ। ਅਤੇ ਸ਼ਮਸ਼ੇਰ ਭਾਈ ਕੀ ਇਸ ਝੋਟੀ ਦੀ ਮੰਗ ਕਰਦੇ ਆ? ਇਹਦਾ ਮੁੱਲ ਤਾਂ ਵੀਰ ਜੀ ਆਪਾਂ ਭਾਵੇਂ 75 ਕਰ ਲਈਏ, ਭਾਵੇਂ 72 ਕਰ ਲਈਏ, ਜਿਹੜੀ ਦੇਣ ਲੈਣ ਉਹ ਆਪਾਂ ਬਿਲਕੁਲ ਪੂਰੇ 70,000 ਦੀ ਦੇਣੀ। 70 ਦੀ? ਹਾਂਜੀ, ਠੀਕ ਆ ਜੀ, ਹਾਂਜੀ। ਬਾਕੀ ਚਵਾ ਪਸਮਾ ਦਾ ਜ਼ਰੂਰ ਭੈਣ ਭਰਾਵਾਂ ਨਾਲ ਗੱਲਬਾਤ, ਮੈਂ ਨਾ ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ, ਇੱਕ ਪਸਮਾ ਹੈ, ਪੋਲੀ ਆ, ਐਂ ਬਿਲਕੁਲ ਰੂੰ ਵਰਗੀ, ਤੁਹਾਨੂੰ ਸਾਰਿਆਂ ਚਵਾਈ ਕਰਕੇ ਵਿਖਾ ਦੇਣੀ ਆਪਾਂ ਸਾਰੀਆਂ ਸੂਈਆਂ, ਬਸ ਠੀਕ ਆ। ਇਕੜੀ ਕੋਈ ਸੂਣ ਲਓ ਦੋਸਤੋ, ਕੁਝ ਕੁਝ ਧਾਰਾਂ ਮਾਰ ਕੇ ਜਿਹੜਾ ਆਪਾਂ ਤਸੱਲੀ ਨਾਲ ਸਾਰਿਆਂ ਨੂੰ ਬੱਚੇ ਲਾ ਕੇ ਚਵਾ ਦੇਣਾ, ਕੋਈ ਭੁਲੇਖੇ ਵਾਲੀ ਗੱਲ ਨਾ ਰਹਿ ਜੇ ਕਿਸੇ ਪਾਸਿਓਂ, ਠੀਕ ਆ ਜੀ। ਚਵਾ ਪਸਮਾ ਬਿਲਕੁਲ ਤੁਹਾਡੇ ਸਾਹਮਣੇ ਕਲੀਅਰ ਕਰ ਦਾਂਗੇ, ਇਕੱਲੇ ਇਕੱਲੇ ਪਸ਼ੂ ਦੀ ਤੁਸੀਂ ਚਵਾਈ ਦੇਖ ਲੈਣੀ ਆ, ਠੀਕ ਆ। ਤਸੱਲੀ ਨਾਲ ਦੇਖਣ ਤੋਂ ਬਾਅਦ ਤੁਸੀਂ ਬਾਈ ਸ਼ਮਸ਼ੇਰ ਦੇ ਨਾਲ ਗੱਲ ਕਰ ਲਿਓ, ਠੀਕ ਆ। ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆਹ ਆ ਗਈ ਮੱਝ ਜੀ। ਹਾਂਜੀ, ਆਹ ਝੋਟੀ ਆ ਗਈ। ਇਹਦਾ ਬਾਈ ਸ਼ਮਸ਼ੇਰ ਕੀ ਰਿਕਾਰਡ, ਕੀ ਇਹਦੀ ਡਿਟੇਲ ਆ? ਇਹ ਵੀਰ ਜੀ ਪਹਿਲੇ ਸੂਏ ਝੋਟੀ ਆ, ਪਹਿਲਣੀ ਆ। ਹਾਂਜੀ, ਦੁੱਧ ਇਹਦੇ ਥੱਲੇ 8 ਕਿਲੋ ਆ। ਆਪਾਂ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੋਵੇ ਤਾਂ 7 ਮੰਨ ਕੇ ਕੋਈ ਲਵੇ, 7 ਕਿਲੋ ਮੰਨ ਕੇ। ਹਾਂਜੀ, ਦੁੱਧ 8 ਕਿਲੋ ਉਸ ਤਰ੍ਹਾਂ। ਅੱਜ ਆ ਚੌਥੇ ਦਿਨ ਦੀ ਸੂਈ, ਚੌਥੇ ਦਿਨ ਦੀ? ਹਾਂਜੀ, ਉਹ ਕੱਟੀ ਇਹਦੇ ਮਗਰ, ਚੌਥੇ ਦਿਨ ਦੀ ਸੂਈ ਆ। ਹਾਂਜੀ, ਤੇ ਸੂਆ ਥੋੜਾ ਮਤਲਬ ਕਈ ਨਾ ਪਸ਼ੂ ਪੁੱਜ ਕੇ ਸੁੰਦਾ, ਪੱਕ ਕੇ ਥੋੜੀ ਜੀ ਸੂਈ ਆ ਹੈਗੀ ਪਹਿਲਣੇ ਹੈ, ਪਹਿਲਣ ਵੈਸੇ। ਹਾਂਜੀ, ਪਹਿਲੇ ਸੂਏ ਤੇ ਕਦ ਕੂ ਦੇਦਾ ਵੀ ਦੋਸਤੋ ਚੰਗਾ, ਵੈਸੇ 4 ਦਿਨਾਂ ਦੀ ਸੂਈ ਆ, 8 ਕ ਕਿਲੋ ਜਿਹੜਾ ਹੁਣ ਕੋਈ ਵੀਰ ਦੁੱਧ ਮੰਨ ਲੇ, ਕੱਚਾ ਬੋਲਾ ਮੰਨ ਲੇ, ਠੀਕ ਆ। ਤੇ 8 ਕ ਕਿਲੋ ਜਿਹੜਾ ਹੁਣ ਦੁੱਧ, ਚੋਣ ਇਹ ਵੀ ਬਾਹਲੀ ਚੰਗੀ ਆ ਤੇ ਪੋਲੀ ਰੂੰ ਵਰਗੀ, ਠੀਕ ਆ ਜੀ। ਹਾਂਜੀ, ਤੇ ਚਵਾ ਵੀਰਾਂ ਦਾ ਵੀ, ਇਹਦਾ ਵੀ ਬਿਲਕੁਲ ਪੋਲਾ ਹੈ, 3 ਪਸ਼ੂ ਆ ਤਿੰਨਾਂ ਦਾ। ਵੈਸੇ ਦੋਸਤੋ ਮੈਂ ਇੱਕ ਗੱਲ ਹੋਰ ਨੋਟ ਕਰਾ ਦਿੰਦਾ, ਇਸ ਘਰੋਂ ਤਕਰੀਬਨ ਜਿੰਨਾ ਦੁੱਧ ਦੱਸਿਆ ਜਾਊਗਾ, ਜੋ ਚਵਾ ਪਸਮਾ ਦੱਸਿਆ ਜਾਊਗਾ, ਕਦੀ ਕਿਸੇ ਚੀਜ਼ ਦਾ ਉਲਾਂਭਾ ਅੱਜ ਤੱਕ ਵੇਖਣ ਦੇ ਵਿੱਚ ਨਹੀਂ ਮਿਲਿਆ ਗਾ। ਅਤੇ ਅੱਗੇ ਵੀ ਆਪਾਂ ਆਸ ਰੱਖਦੇ ਹਾਂ ਬਾਈ ਸ਼ਮਸ਼ੇਰ ਤੋਂ ਜਿਹੋ ਜਿਹਾ ਵਪਾਰ ਇਹ ਕਰਦੇ ਆ, ਸੋ ਕਿਸੇ ਤਰ੍ਹਾਂ ਦੀ ਕੋਈ ਉਲਾਂਭੇ ਵਾਲੀ ਗੱਲ ਨਹੀਂ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗੀ, ਠੀਕ ਆ। ਸੋ ਬਾਕੀ ਅੱਗੇ ਨਰਕ ਪਰਖਾ ਕਿਸੇ ਵੀਰ ਦੀ ਆਪੋ ਆਪਣੀ ਆਪਦੀ ਸਮਝ ਨਾਲ, ਕੋਈ ਪਸ਼ੂ ਖਰੀਦੇ ਆਪਦੀ ਤਸੱਲੀ ਕਰੋ ਜੋ ਦੱਸਿਆ ਜਾਂਦਾ, ਠੀਕ ਆ। ਲਿਓ ਜੀ ਖੋਲੋ, ਇਹਨੂੰ ਵੀ ਖੋਲ੍ਹ ਕੇ ਦਿਖਾਉਂਦੇ ਹਾਂ ਥੋੜ੍ਹੀ ਜਿਹੀ। ਜਿੱਦਾਂ ਵੀਰ ਨੇ ਦੱਸਿਆ ਵੀ ਪੱਕ ਕੇ ਬਣੀ ਸੀਗੀ, ਠੀਕ ਆ। ਕਈ ਵਾਰ ਝੋਟੀਆਂ ਬਿਲਕੁਲ 3-3, 4-4 ਸਾਲਾਂ ਦੀਆਂ ਹੋ ਗਏ ਦੋਸਤੋ ਬਣਦੀਆਂ ਨੇ, ਠੀਕ ਆ ਜੀ। ਉਸ ਤੋਂ ਬਾਅਦ ਸੁਣਦੀਆਂ ਨੇ, ਕਈ ਝੋਟੀਆਂ ਜਿਹੜੀਆਂ ਦੁੰਦੀਆਂ ਨੇ, ਚੌਗੀਆਂ ਨੇ, ਇਸ ਤਰੀਕੇ ਨਾਲ ਬਿਲਕੁਲ ਬਣ ਕੇ ਜਿਹੜੀਆਂ ਸੁਣਦੀਆਂ ਨੇ, ਠੀਕ ਆ। ਅਤੇ 4 ਦਿਨਾਂ ਦੀ ਸੂਈ ਆ, ਬਿਲਕੁਲ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ। ਲੰਬਾਈ ਦੇ ਵਿੱਚ ਬਿਲਕੁਲ ਮੁੱਠੀ ਥਣ ਆ, ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਆ ਦੋਸਤੋ, ਠੀਕ ਆ। ਅਤੇ ਹਾਈਟ ਕੱਦ ਸੋਹਣਾ ਇਸ ਝੋਟੀ ਦਾ ਵੀ, ਫੇਸ ਕੁਆਲਿਟੀ ਤੁਹਾਨੂੰ ਦਿਖਾਉਂਦੇ ਹਾਂ। ਮਾੜਾ ਕਰਿਓ ਲਾਡੀ ਭਾਅ, ਰੁਕਿਓ ਇਹਨੂੰ, ਐਂ ਦਿਖਾਇਓ ਮੂੰਹ ਮਾੜਾ। ਆ ਲਓ ਜੀ, ਲਓ ਜੀ, ਤੋਰ ਲਓ ਜੀ, ਕੱਟੀ ਲੱਗ ਲੈ ਜਾ ਇਹਦੀ ਲੱਗ, ਠੀਕ ਆ, ਨਾਲ ਫਲਾਂ ਦੀ ਸਾਰੀ ਆ ਜੀ। ਸੋ ਬੱਚਾ ਜਿਹੜਾ ਇਹਦੇ ਮਗਰ ਆ ਦੋਸਤੋ, ਫੀਮੇਲ ਕਾਫ ਆ, ਕੱਟੀ ਆ, ਠੀਕ ਆ। ਠੀਕ ਆ ਜੀ, ਲਿਆਓ ਜੀ, ਮੁੜ ਕੇ ਜੋੜ ਦੀਆਂ ਜੀ, ਪਾਸ ਵੀ ਕਰਾਉਣੀ ਆ ਮੁੜ ਕੇ ਆਪਾਂ। ਆ ਲਓ ਜੀ, ਠੀਕ ਆ। ਅੱਛਾ ਸ਼ਮਸ਼ੇਰ ਭਾਈ, ਕਿੰਨਾ ਮੁੱਲ ਇਹਦਾ ਕਰਤਾ? ਮੁੱਲ ਵੀਰ ਜੀ ਇਹਦਾ ਭਾਵੇਂ 62 ਕਰਾ ਲਓ, ਭਾਵੇਂ ਕਰਾ ਲਓ 60, ਦੇਣ ਲੈਣ ਜਿਹੜੀ ਆਪਾਂ 58,000 ਦੀ ਦੇਣੀ। 58,000 ਦੀ? ਹਾਂਜੀ, ਵਿਹਾਨ ਵਾਲੀ ਗੱਲ ਹੀ। ਹਾਂ ਨਾ, ਜਿਹੜੀ 58,000 ਦੀ ਦਵਾਂ। ਲਓ ਜੀ, ਹਾਂਜੀ, 58,000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਯੈਸਨੋ ਆ, 58,000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ।
ਡਿਮਾਂਡ 60 ਕਰਾ ਲਓ, 65 ਕਰਾ ਲਓ, 62 ਕਰਾ ਲਓ, ਠੀਕ ਹੈ ਜੀ। 58,000 ਦੀ ਖਾਨ ਆ। ਇਹ ਤਿੰਨ ਪਸ਼ੂ ਸੀ ਅੱਜ ਵੇਚ ਦੇ ਕੋਲੇ ਵਿਕਾਊ। ਸੋ ਚਵਾਈਆਂ ਜਿਹੜੀਆਂ ਦੋਸਤੋ ਬਿਲਕੁਲ ਤੁਸੀਂ ਨਾਲ ਦੀ ਨਾਲ ਦੇਖ ਲਈਆਂ ਨੇ ਤਸੱਲੀ ਦੇ ਨਾਲ, ਠੀਕ ਹੈ ਜੀ। ਇੱਕ ਵਾਰੀ ਚਵਾਈ ਆਪਾਂ ਸਾਰੀਆਂ ਵੀ ਕਰਾ ਕੇ ਵਿਖਾ ਦਿੰਦੇ ਹਾਂ। ਇੱਕ ਵਾਰੀ ਵੇਖ ਲਿਓ, ਦੋ ਵਾਰੀ ਵੇਖ ਲਿਓ ਵੀਡੀਓ ਨੂੰ ਤਸੱਲੀ ਦੇ ਨਾਲ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਗੱਲਬਾਤ ਕਰ ਲਿਓ, ਠੀਕ ਹੈ। ਸ਼ਮਸ਼ੇਰ ਭਾਈ ਬੋਲਿਓ ਨੰਬਰ ਆਪਣੇ 8725 ਹਾਂਜੀ 20883 ਹਾਂਜੀ 76969 84805 ਠੀਕ ਹੈ ਜੀ ਹਾਂਜੀ। ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਸ਼ਮਸ਼ੇਰ ਸਿੰਘ, ਪਿੰਡ ਜਗਤਪੁਰੇ। ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਅਲਗੋਂ ਕੋਠੀ, ਤਿੰਨ ਪਸ਼ੂ ਦਿਖਾਏ ਆ, ਨਰਕ ਫਰਕ ਤਸੱਲੀ ਕਰਕੇ ਆਪਣਾ ਪਸ਼ੂ ਖਰੀਦ ਸਕਦੇ ਹੋ ਤੁਸੀਂ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।